ਆਪਣਾ ਹੱਥ ਤੇਰੇ ਸਿਰ ਤੋਂ ਚੁੱਕ ਲਿਆ ਨਾ, ਭੀਖ ਮੰਗਦੀ ਫਿਰੇਗੀ। ਹਾਂਜੀ ਦੋਸਤੋ, ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ। ਅੱਜ ਆਪਾਂ ਗੱਲ ਕਰਨ ਲੱਗੇ ਹਾਂ ਪੰਜਾਬੀ ਸਿਨੇਮਾ ਦੀ ਇੱਕ ਮੱਚ ਅਵੇਟਡ ਫਿਲਮ ਬੀਬੀ ਰਜਨੀ ਦੀ। ਇਸ ਫਿਲਮ ਦਾ ਟ੍ਰੇਲਰ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹੋਣਾ, ਅਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਇਹ ਫਿਲਮ ਬਹੁਤ ਹੀ ਜ਼ਿਆਦਾ ਕਮਾਲ ਦੀ ਹੋਵੇਗੀ ਅਤੇ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਧ ਉਡੀਕੇ ਜਾਣ ਵਾਲੀ ਫਿਲਮ ਹੋਵੇਗੀ। ਸਿੱਖ ਇਤਿਹਾਸ 'ਤੇ ਬਣਾਈ ਜਾਣ ਵਾਲੀ ਉਹ ਫਿਲਮ ਜਿਹੜੀ ਆਪਾਂ ਕਹਿੰਦੇ ਰਹਿੰਦੇ ਹਾਂ ਕਿ ਜਿਹੜੀ ਦਾ ਬਹੁਤ ਸਮੇਂ ਤੋਂ ਇੰਤਜ਼ਾਰ ਸੀ। ਆਪਾਂ ਅਕਸਰ ਹੀ ਕਹਿੰਦੇ ਰਹਿੰਦੇ ਹਾਂ ਕਿ ਸਿੱਖ ਇਤਿਹਾਸ ਦੇ ਉੱਪਰ ਫਿਲਮਾਂ ਨਹੀਂ ਬਣਦੀਆਂ, ਆਪਣਾ ਇਤਿਹਾਸ ਬਹੁਤ ਜ਼ਿਆਦਾ ਅਮੀਰ ਹੈ, ਕਿੰਨੀਆਂ ਕਹਾਣੀਆਂ ਨੇ, ਪਰ ਫਿਲਮਾਂ ਬਹੁਤ ਘੱਟ ਬਣਦੀਆਂ ਨੇ। ਤਾਂ ਮੈਂ ਤੁਹਾਨੂੰ ਦੱਸਦਾ ਕਿ ਹੁਣ ਇੱਕ ਫਿਲਮ ਐਸੀ ਆਉਣ ਲੱਗੀ ਹੈ ਜਿਹੜੀ ਕਿ ਪੂਰੇ ਤਰੀਕੇ ਨਾਲ ਸਿੱਖ ਇਤਿਹਾਸ ਦੇ ਉੱਪਰ ਬੇਸਡ ਹੈ। ਦੇਖਣਾ ਇਹ ਹੋਵੇਗਾ ਕਿ ਤੁਸੀਂ ਇਸ ਫਿਲਮ ਨੂੰ ਓਨਾ ਭਰਮਾ ਵਗੈਰਾ ਦਿੰਦੇ ਹੋ ਕਿ ਨਹੀਂ, ਓਨਾ ਪਿਆਰ ਦਿੰਦੇ ਹੋ ਕਿ ਨਹੀਂ, ਜਿੰਨਾ ਤੁਸੀਂ ਜੱਟ ਐਂਡ ਜੂਲੀਅਟ ਅਤੇ ਕੈਰੀ ਔਨ ਜੱਟਾ ਵਰਗੀਆਂ ਫਿਲਮਾਂ ਨੂੰ ਦਿੱਤਾ। ਕੀ ਇਸ ਫਿਲਮ ਨੂੰ ਵੀ ਤੁਸੀਂ 50 ਕਰੋੜ ਜਾਂ ਫਿਰ 100 ਕਰੋੜ ਦੇ ਪਾਰ ਪਹੁੰਚਾ ਸਕਦੇ ਹੋ? ਇਸ ਫਿਲਮ ਵਿੱਚ ਰੂਪੀ ਗਿੱਲ, ਜੋਗਰਾਜ ਸਿੰਘ ਅਤੇ ਜਰਨੈਲ ਸਿੰਘ ਦੀ ਮੁੱਖ ਭੂਮਿਕਾ ਹੈ ਅਤੇ ਇਹ ਫਿਲਮ ਹੈ ਬੀਬੀ ਰਜਨੀ ਜੀ ਦੀ। ਇਹ ਫਿਲਮ ਹੈ ਜੀ ਦੁੱਖ ਭੰਜਣੀ ਬੇਰੀ ਦੀ, ਉਹੀ ਦੁੱਖ ਭੰਜਣੀ ਬੇਰੀ ਜਿਹਦੇ ਆਪਾਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਦਰਸ਼ਨ ਕਰਦੇ ਹਾਂ। ਇਹ ਸਟੋਰੀ ਹੈ ਜੀ ਕਾਗੋ ਹੰਸ ਬਣੇ ਦੀ। ਇਹ ਕਹਾਣੀ ਹੈ ਜੀ ਰਾਮਦਾਸ ਸਰੋਵਰ ਨਾਤੇ ਸਭ ਉੱਤਰੇ ਪਾਪ ਕਮਾਤੇ ਦੀ, ਯਾਨੀ ਕਿ ਉਹ ਪਿੰਗਲਾ ਜਿਹਦੇ ਨਾਲ ਬੀਬੀ ਰਜਨੀ ਨੂੰ ਵਿਆਹ ਦਿੱਤਾ ਗਿਆ ਸੀਗਾ, ਉਹਨਾਂ ਦੇ ਪਿਤਾ ਮੂਲ ਚੰਦ ਦੁਆਰਾ ਜੋ ਕਿ ਇੱਕ ਰਾਜਾ ਸੀਗੇ, ਅਤੇ ਉਹ ਆਪਣੀ ਬੇਟੀ ਨਾਲ ਨਾਰਾਜ਼ ਸੀਗੇ ਕਿਉਂਕਿ ਉਹਨਾਂ ਦੀ ਬੇਟੀ ਈਸ਼ਵਰ ਦਾ ਨਾਮ ਧਿਆਉਂਦੀ ਰਹਿੰਦੀ ਸੀ, ਪ੍ਰਭੂ ਦਾ ਨਾਮ ਧਿਆਉਂਦੀ ਰਹਿੰਦੀ ਸੀ, ਅਤੇ ਉਹ ਇਸੇ ਗੱਲੋਂ ਉਹਦੇ ਨਾਲ ਨਾਰਾਜ਼ ਸੀਗੇ, ਅਤੇ ਜਿਸ ਕਰਕੇ ਉਹਨਾਂ ਨੇ ਆਪਣੀ ਬੇਟੀ ਨੂੰ ਸਜ਼ਾ ਦੇਣ ਲਈ ਉਹਨੂੰ ਇੱਕ ਐਸੇ ਵਿਅਕਤੀ ਨਾਲ ਵਿਆਹ ਦਿੱਤਾ ਸੀਗਾ ਜਿਹਨੂੰ ਕਿ ਕੋੜ ਲੱਗਿਆ ਹੋਇਆ ਸੀ, ਇੱਕ ਪਿੰਗਲਾ ਸੀ ਜਿਹਦਾ ਇਲਾਜ ਕਿਤੋਂ ਵੀ ਸੰਭਵ ਨਹੀਂ ਸੀ। ਸਾਰੇ ਕਿਤੇ ਧੱਕੇ ਖਾਣ ਤੋਂ ਬਾਅਦ ਬੀਬੀ ਰਜਨੀ ਤੇ ਉਹ ਪਹੁੰਚਦੇ ਨੇ ਉਸ ਛੱਪੜੀ ਕੋਲੇ ਜਿੱਥੇ ਅੱਜ ਸ਼੍ਰੀ ਦਰਬਾਰ ਸਾਹਿਬ ਸੁਸ਼ੋਭਿਤ ਨੇ ਅਤੇ ਉਹ ਸਰੋਵਰ। ਉਸ ਜ਼ਮਾਨੇ ਵਿੱਚ ਉਹ ਸਿਰਫ ਇੱਕ ਛੋਟੀ ਜਿਹੀ ਛੱਪੜੀ ਸੀਗੀ, ਤੇ ਉੱਥੇ ਉਹ ਪਿੰਗਲਾ ਦੇਖਦਾ ਕਿ ਕਿਵੇਂ ਕੁਝ ਕਾਲੇ ਰੰਗ ਦੇ ਕਾਂ ਇਸ ਛੱਪੜੀ ਵਿੱਚ ਆ ਰਹੇ ਨੇ ਅਤੇ ਚਿੱਟੇ ਉਹ ਨਿਕਲ ਰਹੇ ਨੇ। ਉਹ ਦੇਖ ਕੇ ਹੈਰਾਨ ਹੋ ਜਾਂਦਾ ਤੇ ਉਹਨੂੰ ਸੋਚਦਾ ਕਿ ਜੇ ਕਾਂ ਚਿੱਟੇ ਹੋ ਸਕਦੇ ਨੇ ਤਾਂ ਹੋ ਸਕਦਾ ਮੈਂ ਵੀ ਠੀਕ ਹੋ ਜਾਂ, ਤਾਂ ਉਹ ਵੀ ਡੁਬਕੀ ਲਗਾ ਦਿੰਦਾ ਉਸ ਛੱਪੜੀ ਵਿੱਚ ਤੇ ਉਸਦੇ ਸਾਰੇ ਰੋਗ ਕੱਟੇ ਜਾਂਦੇ ਨੇ। ਇਹ ਸੀਗੀ ਬੀਬੀ ਰਜਨੀ ਦੀ ਉਹ ਕਹਾਣੀ ਜਿਸ ਦੇ ਉੱਪਰ ਇਹ ਫਿਲਮ ਬਣੀ ਹੈ। ਇਸ ਤੋਂ ਪਹਿਲਾਂ ਵੀ ਇੱਕ ਇਸ ਤਰ੍ਹਾਂ ਦੀ ਫਿਲਮ ਆ ਚੁੱਕੀ ਹੈ ਜੋ ਕਿ ਅੱਜ ਤੋਂ ਤਕਰੀਬਨ 50-55 ਸਾਲ ਪਹਿਲਾਂ ਆਈ ਸੀਗੀ। ਉਸਦਾ ਨਾਮ ਸੀਗਾ ਦੁੱਖ ਭੰਜਣ ਤੇਰਾ ਨਾਮ, ਕਿਉਂਕਿ ਦੁੱਖ ਭੰਜਣੀ ਬੇਰੀ ਦੇ ਉੱਪਰ ਇਹ ਫਿਲਮ ਹੈ। ਪਰ ਇਹ ਫਿਲਮ ਅੱਜ ਦੇ ਹਿਸਾਬ ਨਾਲ ਬਣਾਈ ਗਈ ਹੈ, ਅੱਜ ਦੀ ਟੈਕਨੋਲੋਜੀ, ਵੱਡਾ ਬਜਟ, ਅਤੇ ਇਹ ਫਿਲਮ ਬਹੁਤ ਖੂਬਸੂਰਤ ਤਰੀਕੇ ਨਾਲ ਬਣਾਈ ਗਈ ਹੈ। ਦੇਖਣਾ ਇਹ ਹੋਵੇਗਾ ਕਿ ਕਿਵੇਂ ਦਿਖਾਇਆ ਜਾਂਦਾ ਇਹ ਸਾਰਾ ਇਤਿਹਾਸ। ਤੁਹਾਨੂੰ ਇਹੀ ਅਪੀਲ ਹੈ ਸਾਰਿਆਂ ਨੂੰ ਕਿ ਇਸ ਫਿਲਮ ਨੂੰ ਜ਼ਰੂਰ ਦੇਖਣ ਜਾਇਓ, ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਅੱਗੇ ਵੀ ਆਉਣ ਵਾਲੇ ਸਮੇਂ ਵਿੱਚ ਵੀ ਸਿੱਖ ਇਤਿਹਾਸ 'ਤੇ ਇਸ ਤਰੀਕੇ ਦੀਆਂ ਫਿਲਮਾਂ ਬਣਦੀਆਂ ਰਹਿਣ। ਬਾਕੀ ਜੇ ਤੁਸੀਂ ਇਸ ਫਿਲਮ ਦਾ ਟ੍ਰੇਲਰ ਹੁਣ ਤੱਕ ਦੇਖ ਲਿਆ ਹੈ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਵੇਂ ਲੱਗਿਆ ਇਹ ਵੀਡੀਓ। ਅਗਰ ਤੁਹਾਨੂੰ ਵਧੀਆ ਲੱਗੇ ਤੁਹਾਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ, ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਧੰਨਵਾਦ।